ਹਾਂਜੀ ਓਕੇ ਠੀਕ ਆ ਨੀ ਕਈ ਤਾਂ ਦੱਸ ਦੇਣੇ ਤੁਸੀਂ ਜਰਾ ਕਿ ਇੱਥੇ ਆਓ ਜਮਾ ਮਾਡੂ ਸਹੀ ਹੋਊਗਾ ਉਦੋਂ ਮੁੜ ਕੇ ਚੱਲ ਦੇ ਸੀਨ ਦੇ ਵਿੱਚ ਚੱਲ ਜਾਓ ਲੋਕਾਂ ਨਾਲ ਇੱਕਦਮ ਕਿੱਥੋਂ ਆ ਗਿਆ ਮਤਲਬ ਖਰੀਦ ਕੇ ਪਾ ਕੇ ਲਾ ਕੇ ਫਿਰ ਦੇ ਜਾਂਦੇ ਆ ਭਾਜੀ ਵਾਪਸ ਕਰ ਜਾਂਦੇ ਆ ਹਾਂਜੀ ਹਾਂਜੀ ਤੁਹਾਡੇ ਹੱਥ ਨਾਲ ਸਿੱਲੇ ਜਾਣ ਨਹੀਂ ਭਾਜੀ ਤੁਸੀਂ ਉਹ ਖੁੱਲੀਆਂ ਵੀ ਮਿਲ ਜਾਂਦੀਆਂ ਲਾਲ ਚੂੜੀਆਂ ਉਹ ਮੈਚਿੰਗ ਕਰ ਦੋ ਇਹਨਾਂ ਨੂੰ ਮੈਂ ਵੀ ਲਾਗੂ ਨਹੀਂ ਲੰਘਦਾ ਰਿਹਾ ਕੰਮ ਹੋਰ ਜਾਣਾ ਸੀ ਲਾਗੂ ਨਹੀਂ ਲੰਘਦਾ ਰਿਹਾ ਬਸ ਹਾਏ ਹਾਏ ਤਾਂ ਖਰੀਦ ਲੋ ਵਿਆਹ ਹੈਗਾ ਹੀ ਆ ਤੁਹਾਡਾ ਵੀਡੀਓ ਚ ਪਾਊ ਚਾਹ ਪੂਰਾ ਕਰੋ ਚੂੜਾ ਲਹਿੰਗੇ ਮਹਿੰਗੇ ਕਮਲ ਚੂੜਾ ਲਹਿੰਗੀ ਲਹਿੰਗੀ ਮੈਂ ਬਗਾੜ ਕੇ ਬਹਿ ਗਿਆ ਮੈਂ ਚੂੜਾ ਮਹਿੰਦੀ ਲਹਿੰਗੇ ਤੇ ਮਹਿੰਗੇ ਸੈਂਟੈਂਸ ਵਿਗੜ ਜਾਂਦਾ ਹਾਂ ਛੋਟੇ ਵੀ ਹੈ ਚੂੜਾ ਪਾਇਆ ਤੇ ਉਹ ਗਾਂ ਕਰ ਛੱਡਦੇ ਨਹੀਂ ਤੂੰ ਜਲ ਘਾਇਆ ਰੱਖਿਆ ਉਹਨੂੰ ਪਤਾ ਨੀ ਕਿਹਨੂੰ ਫੋਟੋਆਂ ਸੈਂਡ ਕਰੀ ਜਾਂਦਾ ਚੂੜੀਆਂ ਦੀਆਂ ਖਰੀਦ ਲੈਣੀਆਂ ਅੱਜ ਉਹ ਇਹ ਤਾਂ ਹੁਣ ਚੈੱਕ ਕਰੋ ਛੇਤੀ
ਜੀ ਤੁਹਾਨੂੰ ਦੱਸੀਏ ਬਣਨਾ ਵੀ ਚਾਹੀਦਾ ਕਈ ਵਾਰੀ ਬੰਦਾ ਲੱਗਦਾ ਨਹੀਂ ਹੁੰਦਾ ਹਨਾ ਸੱਚੀ ਹੈ ਕਿਸੇ ਨੂੰ ਪਾਉਣ ਦੇਣੇ ਜਿੱਤਾ ਭਾਬੀ ਨੇ ਤੇ ਹਲੇ ਪਰਸੋਂ ਚੋਦ ਕਿੰਨੀਆਂ ਚੂੜੀਆਂ ਆ ਤੁਹਾਡੇ ਮੈਚਿੰਗ ਹੋ ਗਈ ਸਾਡੇ ਮੈਚਿੰਗ ਵਾਲੇ ਕੱਢੀਆਂ ਮੈਂ ਤਾਂ ਫੋਟੋ ਪਾਉਣ ਦਿਆਂ ਕਿਸੇ ਨੂੰ ਮੈਂ ਵੀਡੀਓ ਬਣਾਈ ਆ ਭਾਊ ਤੂੰ ਮੁੱਕਰ ਨਹੀਂ ਸਕਦਾ ਤੂੰ ਮੁੱਕਰ ਨਹੀਂ ਸਕਦਾ ਮੈਂ ਮੁੱਕਰ ਨਹੀਂ ਰਿਹਾ ਮੈਂ ਨਾ ਸੁਣਿਆ ਜੇ ਇਹਨਾਂ ਵਾਸਤੇ ਕੱਢੀਆਂ ਹੁੰਦੀਆਂ ਤੂੰ ਕਹਿਣਾ ਸੀ ਆ ਵੇਖੋ ਤੁਹਾਡੇ ਵਾਸਤੇ ਚੂੜੀਆਂ ਮੈਚਿੰਗ ਮੈਂ ਕੱਢਣੀ ਰਿਹਾ ਹਜੇ ਨਾ ਨਾ ਫੋਟੋ ਕਿਨੂੰ ਪਾਉਂਦੇ ਇਹ ਭਾਊ ਬਣ ਗਿਆ ਫੋਟੋ ਪੈਸੇ ਸਾਨੂੰ ਪਾ ਦੇਣੇ ਕਹਿੰਦੇ ਵਾਰਸ ਸ਼ਾਹ ਨਾਤਾਂ ਜਾਂਦੀਆਂ ਨੇ ਜੀ ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ ਹਾਂ ਤੇ ਸ਼ਦਾ ਦਾ ਬੋਝਾ ਫੇਰ ਉਹ ਪਟਾਕੀਆਂ ਨੂੰ ਫੜ ਕੇ ਡਹਿ ਪਿਆ ਹਾਂ ਇਹ ਨਿੱਕੇ ਨਿੱਕੇ ਆ ਆ ਵੇਖਿਓ ਚਲੋ ਠੀਕ ਹੈ ਰੈਡੀ ਰੈਡੀ 1 2 3 ਸੋਹਣੀਆਂ ਕਿੱਟਾਂ ਲਾ ਕੇ ਬਸ ਇੱਦਾਂ ਲਾ ਲੋ ਨਹੀਂ ਹੋਰ ਵੀ ਕੋਈ ਭੁੱਲ ਗਿਆ ਚੇਤਾ ਕਰਾ ਦੋ ਪੱਕੀ ਗੱਲ ਕਲਗੀ ਲੈ ਲੋ ਕੱਲੀ ਬੜੀ ਕਲਗੀ ਦੇ ਨਾਲ ਇੰਜ ਇੰਜ ਲੱਗਿਆ ਨੇ ਦੱਸ ਜੇ ਮੈਚ ਵਾਲਾ ਪਾਉਣਾ ਨਾ ਇਹ ਨਾ ਕਲਗੀ ਲਾਉਣਗੇ ਆਹੋ ਤਲਵਾਰ ਸੋਨੂੰ ਘਰ ਹੈਗੀ ਆ ਏਦਾਂ ਠੀਕ ਆ
ਤਰਪਾਲ ਤੇ ਬੜੀ ਆ ਕਹਿੰਦਾ ਤਲਵਾਰ ਹੈਗੀ ਆ ਮੂਰਤੀ ਦੇ ਬੱਚ ਪੈਂਦੀ ਆ ਸ਼ੇਰਵਾਨੀ ਦੇ ਨਾਲ ਤਿੰਨੇ ਚੀਜ਼ਾਂ ਦਾ ਸੈੱਟ ਆ ਸੈੱਟ ਆ ਪੂਰਾ ਜਾਓ ਭੂਆ ਜੀ ਨੂੰ ਲੈ ਕੇ ਆਓ ਕਮਲ ਭੂਆ ਨੂੰ ਮੈਂ ਨੇ ਭੂਆ ਨੂੰ ਕੀ ਜਾ ਕੇ ਲਿਆਉਂਦਾ ਵਾ ਨਹੀਂ ਨਹੀਂ ਉਹ ਸੀਨ ਬਣਾਉਂਦਾ ਭੂਆ ਨੂੰ ਕਹੋ ਤੇ ਰਿਕਸ਼ੇ ਤੇ ਬਹਿ ਕੇ ਆ ਜਾ ਨਹੀਂ ਭੂਆ ਜੀ ਨੂੰ ਫੋਨ ਤੇ ਕਰੋ ਲੜੀਆਂ ਨੀਰ ਬਾਠੋ ਸੈੱਟ ਕਰ ਦੇ ਤਿਆਰ ਹੋ ਕੇ ਆ ਅੱਡੇ ਚ ਬਣਾ ਲਾ ਸੀਨ 10 ਮਿੰਟ ਦੀ ਬਣ ਜਾਣੀ ਅੱਜ ਅੱਡੇ ਮੈਂ ਉਧਰ ਸਮੋਸੇ ਵਾਲੀ ਦੁਕਾਨੇ ਆਰਡਰ ਦੇਵਾਂ ਹਾਂ ਹਾਂ ਅਰੇ ਬਈਏ ਦੋਵੇਂ ਜੀ ਸ਼ੋਪਿੰਗਾਂ ਕਰਨ ਡੇ ਦੱਸ ਖਵਾਲਣ ਪਿਆਲਣਗੇ ਵੀ ਮੇਰੀ ਗੱਲ ਸੁਣ ਹਾਂ ਭੂਆ ਦਾ ਖੇਲ ਭੂਆ ਤੇ ਤੇਰੀ ਮੰਮੀ ਆ ਭੂਆ ਤੇ ਮੇਰੀ ਮੰਮੀ ਆ ਹੱਦ ਹੋ ਗਈ ਤੁਹਾਡੇ ਵਾਲੀ ਹੱਦ ਹੋ ਗਈ ਆ ਹੱਦ ਹੋ ਗਈ ਆ ਹੱਦ ਹੋ ਗਈ ਆ ਤੇਰੀ ਤਾਂ ਮੈਂ ਆ ਮੰਮੀ ਤੁਸੀਂ ਥੋੜੀ ਜੇ ਵੀਡੀਓ ਆਂਟੀ ਆ ਆਂਟੀ ਆ ਮੁੰਡਾ ਵਾਲੀ ਆਂਟੀ ਆ ਮੰਮੀ ਆ ਜੀ ਅੰਕਲ ਨੂੰ ਕਹਿ ਓਹੋ ਉਧਰੋਂ ਦੀ ਆਏ ਜਾਂ ਆਂਟੀ ਨਾਲ ਲੈ ਆਉਣਾ ਬੜਾ ਵਧੀਆ ਸੀਨ ਬਣਨਾ ਚਲ ਕੋਈ ਗੱਲ ਨਹੀਂ ਉਹ ਬਣਾਉਣਾ ਨਾ ਪ੍ਰੀਤ ਭਾਬੀ ਬਾਅਦ ਚ ਬਣਾ ਲਿਓ ਰਾਤ ਨੂੰ ਉੱਥੇ ਸ਼ਾਮ ਦਾ ਬਣਾਉਣਾ ਨਾ ਉਦੋਂ ਬਣਾ ਲਿਓ ਉਹ ਸੀਨ ਦੇ ਵੇਲੇ ਬਣਾ ਲਾਂਗੇ ਹਾਂ 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 ਮੈਂ ਜਾ ਕੇ ਮਾਮੀ ਲੈ ਆਉਣਾ ਸੀ ਮੇਰੀ ਗੱਲ ਸੁਣੋ ਫਿਰ ਲੈ ਕੇ ਇੱਥੇ ਆਉਣ ਦੀ ਲੋੜ ਨਹੀਂ ਤੁਸੀਂ ਇੱਥੋਂ ਲੈ ਜਿਓ ਸਮਾਨ ਘਰ ਜਾ ਕੇ ਜੀ ਤੁਹਾਨੂੰ ਮਖਾਲਨ ਦਾ ਸਮਾਨ ਬਣਾ ਲਿਓ ਦੋਵੇਂ ਜਣੇ ਮਖਾਲਨ ਦਾ ਸੀਨ ਬਣਾ ਲਿਓ ਤੁਰੇ ਆਉਂਦੇ ਵਾਕਿਆ ਸਹੀ ਗੱਲ ਚਲੋ ਨਹੀਂ 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 ਫਿਰ ਆਂਟੀ ਨਹੀਂ ਇੱਥੇ ਲੈ ਕੇ ਆਉਣਾ ਮੰਮੀ ਟਾਈਮ ਨਹੀਂ ਹੁੰਦਾ ਉਹ ਨਹੀਂ ਉੱਥੋਂ ਮਖਾਲ ਲਿਓ ਤਿੰਨੇ ਜਣੇ ਘਰ ਜਾਣ ਦੇ ਆ ਠੀਕ ਲੈ ਕੇ ਬਾਕੀ ਨਵੀਂ ਵੋਟੀ ਵਾਸਤੇ ਕਰੀਮਾ ਸਰੀਮਾ ਕਿਹੜਾ ਉਹ ਥੱਲੇ ਵਾਲਾ ਹੋਰ ਬੈਸਟ ਵੇਖੋ ਨਵੀਂ ਵੋਟੀ ਲੱਗਦੀ ਹੈਲੋ ਚੱਲ ਫਿਰ ਰਹਿਣ ਤੇ ਕੋਈ ਨਹੀਂ ਤੇ ਰੰਗ ਪਾ ਦਾਂਗੇ ਹੋਰ ਮਾਸਾ ਕੰਮ ਰੋ ਟਿੱਕਾ ਪਕਾ ਲੀਆਂ ਕਰ ਕਿਹੜੀਆਂ ਸੀ ਇਹਨਾਂ ਨੂੰ ਦਿਖਾਓ ਕੋਈ ਗੱਲ ਨਹੀਂ ਉੱਤੇ ਦੇ ਆਏ ਹੋਏ ਕੋਈ ਨਹੀਂ ਦੇ ਕੰਨਾ ਚ ਵੀ ਪਾਓ ਚੁੰਮ ਕੇ ਪਾਸੇ ਚੱਕਦੇ ਆ ਕੰਨਾ ਚ ਵੀ ਜੜਾਓ ਕਿ ਸਾਰਾ ਸਸਪੈਂਸ ਰੱਖੀ ਰਹੀ ਤੱਕ ਦਾ ਜੀ ਚਲੋ ਠੀਕ ਹੈ ਨਹੀਂ ਲੱਗਦੀ ਪਾਣੀ ਪੀਓ ਉਸਤਾਦ ਜੀ ਪਾਣੀ ਛਕੋ ਮੇਰੀ ਕਲਗੀ ਵੀ ਖਰੀਦ ਹੀ ਲੈ ਫਿਰ ਆਪ ਹੀ ਖਰੀਦ ਲੈ ਆਪਣੇ ਲਾਲ 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 ਸੋਹਣੀ ਲੱਗਣੀ ਆ ਉਹਦੇ ਵਿੱਚ ਜਿੱਥੇ ਸਾਹਮਣੇ ਹੋ ਗਿਆ ਖੋ ਗਿਆ ਵੀਡੀਓ ਦੇ ਹਿਸਾਬ ਨਾਲ ਤਾਂ ਲਾਲ ਸੋਹਣੀ ਲੱਗਣੀ ਆ ਛੇਵੇਂ ਪਲੇ ਬਟਨ ਦੀ ਤਿਆਰੀ ਹੋਣ ਹੀ ਵਾਲੀ ਆ 99,997 ਲਾਈਵ ਪਚਾਨਵੇ ਸੰਦੀਪ
ਜਗ੍ਹਾ ਦੋ ਲੰਗਰ ਦੀ ਗਾੜੀ ਗੱਲ ਨੇ ਤਣ ਕੇ ਖਲੋ ਗਏ ਜੇ ਜਿਹੜਾ ਵੀ ਲੱਖਵਾਂ ਸਬਸਕ੍ਰਾਈਬਰ ਹੋਊਗਾ ਵੀ ਕਮੈਂਟ ਕਰ ਦਿਓ ਇੱਕ ਤੇ ਹੀ ਆ ਕਮੈਂਟ ਕਰ ਦਿਓ ਜਿਹੜਾ ਲੱਖਵਾਂ ਸਬਸਕ੍ਰਾਈਬਰ ਹੋਊ ਇੱਕ ਤੇ ਹੀ ਆ ਕਿੰਨੇ ਵਜੇ ਕਿੰਨੇ ਕਮੈਂਟ ਸਬਸਕ੍ਰਾਈਬ ਕੀਤਾ ਹੋਊਗਾ ਟਾਈਮ ਦੇਖੋਗਾ ਇਹ ਹੁਣ ਉਹਨੇ ਨਹੀਂ ਨਾ ਟਾਈਮ ਨੋਟ ਕਰਨਾ ਉਹਨੂੰ ਤਾਂ ਪਤਾ ਨਹੀਂ ਹੋਣਾ ਵਿਚਾਰੇ ਨੂੰ ਸਹੀ ਗੱਲ ਹਾਂ ਉਹਨੂੰ ਇਹ ਪਤਾ ਹੋਣਾ ਕਿ ਮੈਂ ਲੱਖਵਾਂ ਸਬਸਕ੍ਰਾਈਬਰ ਆ ਹਾਂ ਅੜੀ ਗਏ ਆ ਵਕਾਸ ਨੇ ਕੀਤਾ ਬੋਲਾ ਦੇਨੇ ਆ ਅੱਜ ਬੁੱਧਵਾਰ ਵਕਾਸ ਨੇ ਟਾਈਮ ਆ 1 ਲੱਖ ਓਯੋ ਵਧਾਈਆਂ ਬਈ ਵਧਾਈਆਂ ਸਾਰਿਆਂ ਨੂੰ ਸਾਰੇ ਕਿੰਨੇ ਬਾਬਾ ਚੈਨਲ ਬਣਾਏ ਛੇ ਸੱਤ ਕੋਈ ਗੱਲ ਕਰੀ ਮੁੜ ਕੇ ਸਾਰੇ ਆਉਂਦੇ ਕਹਿੰਦੇ ਮਖੌਲ ਆਉਂਦੇ ਨੇ ਕੀ ਹੋਣਾ ਦਾ ਨਹੀਂ ਨੇ ਕਮੈਂਟ ਕੀਤਾ ਬੜੇ ਸਾਰੇ ਜਾਣਿਆਂ ਨੇ ਖੁਸ਼ੀ ਮਨਾਈ ਬੜਾ ਜਾਣਿਆਂ ਨੇ ਫੋਨ ਆਇਆ ਭਰਾ ਮੈਨੂੰ ਉਦੋਂ ਭਾਈ ਤੁਹਾਡੇ ਲੱਖ ਸਬਸਕ੍ਰਾਈਬਰ ਹੋ ਗਏ ਇੱਕ ਲੱਖ ਪੂਰੇ ਸਕਰੀਨ ਸ਼ਾਟ ਪੂਰੇ ਕੱਢ ਕੇ ਦਿੱਤੇ ਬਾਈ ਠੀਕ ਆ ਚਲੋ ਝੂਠ ਬੋਲ ਬੋਲ ਕੇ ਰੈਡੀ ਸੱਸ ਵੀ ਤਿਆਰ ਵਾ ਮੈਨੂੰ ਨੂੰਹ ਵੀ ਤਿਆਰ ਆ ਹਾਂਜੀ ਕਿਹੜੀ ਗੱਲੋਂ ਵਿੱਕੀ ਨੂੰ ਡੈਡੀ ਬਣਾ ਦਿੰਦੀ ਆ ਇੱਥੇ ਤੱਕ ਕੁੜੀ ਭਜਾ ਕੇ ਲਿਆਏ ਆ ਗਾੜੀ ਸੱਸ ਨੂੰ ਲੈ ਜਾਂਦੇ ਮੈਂ ਕਹਿਣਾ ਸੀ ਨਾ ਤੂੰ ਵਾਰੀ ਹਰ ਵਾਰੀ ਮੈਂ ਨੂੰਹ ਬਣ ਜਾਂਦੀ ਸੀ ਇਹਨਾਂ ਦੀਦੀ ਤੇ ਮੈਂ ਕਿਹਾ ਹਰ ਵਾਰੀ ਮੇਰੀ ਧੀ ਬਣ ਜਾਂਦੀ ਸਾਨੂੰ ਚੰਗਾ ਲੱਗੇ ਰੰਗ ਤੇਰਾ ਸਾਵਲਾ ਵੱਡਾ ਟੈਲੈਂਟਡ ਬੋਏ ਹਲੇ ਆਪਣੇ ਆਪ ਨੂੰ ਕਹਿੰਦੀ ਮੈਂ ਭੋਲੀ ਭੋਲੀ ਆ ਦੱਸ ਇਹਨੂੰ ਕੋਈ ਬੰਦਾ ਕਹਿੰਦਾ ਵੀ ਉਹਦਾ ਨਾ ਪ੍ਰੀਤੀ ਭਾਬੀ ਨੂੰ ਲਿਪਸਟਿਕ ਲਾਉਣੀ ਚਾਹੀਦੀ ਲਾਉਣੀ ਆ ਲਾ ਲੈਂਦੇ ਆ ਮੈਂ ਤਾਂ ਵਾਂਡੇ ਤੇ ਚਾਰਜ ਤਿਆਰ ਹੋ ਗਿਆ ਕਿ ਮੈਨੂੰ ਕੀ ਪਤਾ ਤੋਂ ਐਡਾ ਵੱਡਾ ਕਾਂਡ ਕਰਦਾ ਮੈਨੂੰ ਸਟੋਰੀ ਦੱਸੀ ਨਹੀਂ ਨਾ ਪਹਿਲਾਂ ਇਹਨਾਂ ਨੇ ਚਲੋ ਹੋਏ ਮੈਂ ਤਾਂ ਜਦੋਂ ਪੜਾਉਂਦਾ ਤਾਂ ਵੇਖਣੀ ਹੋਰ ਜਾਂਦੇ ਨੇ
ਚਲੋ 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 ਹੁਣ ਮੌਸਮ ਬੜਾ ਵਧੀਆ, ਖਿੱਚ ਜੋ ਖਿੱਚ ਜੋ ਸੜਕ ਨੀ ਹੁੰਦੀ, ਨਹੀਂ ਨਹੀਂ ਸੜਕ ਹੁੰਦੀ ਆ, ਪਰ ਸਾਨੂੰ ਓਦਾਂ ਸੱਸੇ ਸ਼ੀਸ਼ੇ ਦੀ ਪ੍ਰੋਬਲਮ ਬੜੀ ਆ। ਜਿੱਦਾਂ ਉਹ ਕਹਿੰਦੇ ਕੋਈ ਕਈ ਥੱਥੇ ਹੁੰਦੇ ਆ ਤੇ ਉਹ ਕਿੱਦਾਂ ਬੋਲਦੇ ਆ, ਇਹ ਸੱਸੇ ਆ ਕਮੈਂਟ ਸੀ ਕੋਈ ਹੈ ਥੱਥੇ ਸ਼ੀਸ਼ੇ ਕਹਿੰਦੇ ਲੋਕ ਕਹਿੰਦੇ ਓਦਾਂ ਹੁੰਦੇ ਥੱਥੇ ਆ, ਇਹ ਸ਼ੱਸ਼ੇ ਸ਼ੀਸ਼ੇ ਆ, ਇਹ ਸੱਸੇ ਸ਼ੀਸ਼ੇ ਆ। ਹਾਂਜੀ ਇਧਰ ਵੇਖ ਲੋ, ਮੈਂ ਕਿਹਾ ਆਂਟੀ ਜੀ ਨੇ ਆ ਜਿਹੜਾ ਫੁੱਲ ਲਾਇਆ ਵਾ ਕਿੱਡਾ ਸੋਹਣਾ ਖਿੜਿਆ ਵਾ, ਸੰਦੀਪ ਵਾਲਾ ਫੁੱਲ। ਵੇਖ ਲਾ ਕਿਤੇ ਹੈ ਨਨਾਣ ਦੇ ਮੂੰਹੋਂ ਨਿਕਲੀ ਕੋਈ ਗੱਲ, ਹੁਣ ਦੱਸ ਨਨਾਣ ਚੁੱਪ। ਨਹੀਂ ਮੈਂ ਕਹਿੰਦੀ ਨਹੀਂ, ਮੈਂ ਅਖਾਣ ਯਾਰ ਕਾਂਡੀਆਂ ਕਿ ਅੰਨਾ ਵੰਡੇ ਰੋੜੀਆਂ ਮੁੜ ਮੁੜ ਆਪਣੀਆਂ ਨੂੰ, ਉਹ ਗੱਲ ਹੋ ਗਈ ਜੇ ਹੈ। ਔਰ ਭਾਵੇਂ ਸਾਰਾ ਟੱਬਰ ਇੱਥੇ ਖੜਾ, ਅਸੀਂ ਤੇ ਦੋ ਹੀ ਜਾਣੀਆਂ, ਤੇ ਹੁਣ ਆਪਾਂ ਵੀ ਨਾ ਗੱਲ ਕਰਾਂਗੇ ਤੇ ਫਿਰ ਮਾੜੀ ਗੱਲ ਕਰ ਲੋ ਗੱਲਾਂ ਕਰ ਲੋ, ਵੀਡੀਓ ਦੀ ਕਿਹੜੀ ਗੱਲ ਆ, ਚਲੋ ਤੁਸੀਂ ਕਰੋ ਵੀਡੀਓ, ਉਧਰ ਉਧਰ ਹੋਣ ਦੀ ਆ ਮੀਟਿੰਗ। ਆਂਟੀ ਜੀ ਅੱਜ ਅੰਕਲ ਜੀ ਦਾ ਸੀਨ ਲੱਗਾ ਪੈਣ, ਹਾਂਜੀ ਤੇ ਕਿੰਨੀ ਕੁ ਖੁਸ਼ੀ ਫਿਰ ਬੜੀ ਇੰਨੀ ਹਾਰੀ। ਆ ਜਾਓ ਵੇਖ ਲਓ ਅੰਕਲ ਜੀ ਦੀ ਐਕਟਿੰਗ, ਸਾਰੇ ਆਂਦੇ ਨੇ ਤੇ ਅੰਕਲ ਨੂੰ ਨਹੀਂ ਲੈਂਦੇ, ਅੰਕਲ ਨੂੰ ਚਲ ਆ ਜਾ ਦੱਸ ਦਈਏ ਅੱਜ ਅੰਕਲ ਜੀ ਨੂੰ। ਹਾਂਜੀ ਠੀਕ ਹੈ ਜੀ, ਅੱਜ ਅੰਕਲ ਜੀ ਆਏ ਗਏ ਵਿੱਚ ਕਿ ਚੁਗਲੀਆਂ ਕਰਨ ਦੀਆਂ, ਮੈਂ ਕਹਿੰਦੀਆਂ ਕੱਲ ਹੀ ਅਜੇ ਵੀਡੀਓ ਬਣਾਈਆਂ ਸਾਂਝਾ ਪਰਿਵਾਰ, ਉਹਦੇ ਵਿੱਚ ਆ ਕਣਕਰਾ ਰੰਗ ਹਰਾ ਸੀ ਤੇ ਦਿਨਾਂ ਦੇ ਵਿੱਚ ਫਰਕ ਪੈ, ਦਿਨਾਂ 'ਚ ਪੈ ਜਾਣਾ ਘੰਟਿਆਂ 'ਚ ਪਈ ਜਾਂਦਾ। ਮੈਂ ਕਿਹਾ ਅੱਜ ਅੰਕਲ ਜੀ ਦੀ ਇੰਟਰੋਡਕਸ਼ਨ ਕਰਾ ਦਈਏ, ਆਂਦੇ ਆਂਟੀ ਦਾ ਅੰਕਲ ਨਹੀਂ ਵਿਖਾਉਂਦੇ, ਇਹ ਨੇ ਅੰਕਲ ਜੀ। ਚਲੋ ਆ ਜਾਓ ਲਾਗੇ ਦੱਸ ਦਿਓ ਆਪੇ ਸਾਰਿਆਂ ਨੂੰ। ਬੰਦਾ ਨਾਰਮਲ ਬੈਠਾ ਹੁੰਦੇ ਆ ਠੀਕ ਹੈ ਨਾ, ਆਂਟੀ ਜੀ ਆਂਦੇ ਅੰਕਲ ਜੀ ਨੂੰ ਪਤਾ ਨੀ, ਉਹਨਾਂ ਨੂੰ ਮੈਂ ਸਮਝਾਉਣੀ ਆ। ਅੰਕਲ ਜੀ ਤੁਸੀਂ ਕਹਿ ਰਹੇ ਹੋ ਓਹੋ ਮੂੰਗਰਿਆਂ ਨੂੰ ਤੇ ਸੁੰਡੀਆਂ ਬੜੀਆਂ ਪੈ ਗਈਆਂ, ਅੰਕਲ ਜੀ ਇਦਾਂ ਨਾ ਖਲੋਵੋ ਤੁਸੀਂ, ਡੇ ਜੇ ਵੇਖਣ ਚੰਗੇ ਦਾ ਜਿੱਦਾਂ ਬੂਟੇ ਵੇਖੀ ਦੇ, ਡੰਡਾ ਚਲੋ ਚੱਲ ਗਈ ਲੈਣ, ਖਰਿਆ ਉਹਨੂੰ ਲੈ ਆਉਣ ਦੋ, ਕੋਈ ਨਹੀਂ ਹੁੰਦਾ ਵੇਟ ਕਰ ਲਓ। ਓਹੋ
ਸੋਨੂ ਦੇ ਮੋਗਰਿਆਂ ਨੂੰ ਸੁੰਡੀ ਬੜੀ ਪੈ ਗਈ ਆ ਗੱਲ ਪ੍ਰੀਤੀ ਨੇ ਦਸ ਕਹਿ ਤਾ ਅੰਕਲ ਜੀ ਤੁਸੀਂ ਓਹ ਮੂੰਗਰਿਆਂ ਦੇ ਸੁੰਡੀ ਬੜੀ ਪੈ ਗਈ ਆ, ਸਪਰੇ ਕਰਨੀ ਪੈਣੀ ਹੁਣ। ਜਦੋਂ ਕਵਲ ਨੇ ਸੀਨ ਸਟਾਰਟ ਕੀਤਾ ਨਾ ਕਿ ਚਲੋ ਅੰਕਲ ਜੀ ਗੋਡੀ ਕਰੋ, ਤੇ ਗੋਡੀ ਕਰਦੇ ਕਰਦੇ ਕਹਿੰਦੇ ਫੜ ਕੇ ਮੂੰਗਰਾ, ਓਹੋ ਸੋਨੂੰ ਦੇ ਮੂੰਗਰਿਆਂ ਨੇ ਤਾਂ ਸੁੰਡੀ ਬੜੀ ਪੈ ਗਈ ਆ। ਆ ਗਏ ਬ੍ਰੰਟ, ਕੋਈ ਗੱਲ ਨਹੀਂ, ਸੱਸ ਆ ਗਈ ਹੁਣ ਆਉਂਦੇ, ਮੈਂ ਮਾਂ ਪੁੱਤਾਂ ਨੇ ਢਾ ਲੈਣੀ ਆਂਟੀ ਆ ਗਏ ਮੇਰੇ ਥੱਲੇ ਹੁਣ ਤੇ ਨਾਲ ਕੁੜੀ ਵੀ ਆ। ਹਾਂ ਹੋਰ ਕੁੜੀ ਵੀ ਢਾਲੂਗੀ ਮਾਂ ਨਾਲ, ਇਹਨਾਂ ਅੰਦਰ ਦੇ ਲੈਣੀ ਆਪਾਂ, ਨਿਕਲਣ ਨਹੀਂ ਦੇਣੀ। ਆਇਓ ਨਾ ਤੁਹਾਨੂੰ ਇਹਨਾਂ ਨੇ ਅੰਦਰ ਵੜ ਕੇ ਢਾ ਲੈਣਾ ਜੇ। ਭਾਬੀ ਕਹਿੰਦੇ ਅਸੀਂ ਫੜ ਕੇ ਢਾ ਲੈਣੀ, ਆਇਓ ਨਾ ਅੰਦਰ ਵੜ ਲੈਣੀ। ਆਜੋ ਯਾਰ ਤੁਸੀਂ, ਕੀ ਤਮਾਸ਼ਾ ਲਾਇਆ ਬਾਹਰ ਕੀ ਆ, ਇਤਨੇ ਪਿਆਰ ਸੇ ਦੇਖ ਰਹੇ ਹੈ, ਇਤਨੇ ਅੱਛੇ ਲੱਗ ਰਹੇ ਹੈ। ਅੱਜ ਨਾ ਚਲੀ ਮੌਸਮ ਇਹੋ ਜਿਹਾ ਕਿ ਅੱਜ ਤੁਸੀਂ ਨਾ ਪਰੌਂਠੇ ਖਵਾਲਦੇ ਆ, ਉਦਣ ਸਾਡੇ ਤਾਂ ਅੱਜ ਸੁਸਤੀ ਪਈ ਹੈ, ਸਿਰ ਪੀੜ ਹੋਣੀ ਹੈ। ਅੱਜ ਤਾਂ ਸਗੋਂ ਮੌਸਮ ਸਹੀ ਆ, ਸੁਸਤੀ ਪਤਾ ਕਦੋਂ ਪੈਂਦੀ ਆ, ਧੁੱਪ 'ਚ ਪਰੌਂਠੇ ਜੇ ਖਾਧੇ ਨਾ, ਪਰ ਇਹ ਆ ਵੀ ਅਜੇ ਮੈਂ ਤਲਕੇ ਨਹੀਂ ਖਾਧੇ, ਜੇ ਮੈਂ ਤਲਕੇ ਖਾਧੇ ਹੁੰਦੇ ਫਿਰ ਬੜਾ ਬੁਰਾ ਹਾਲ ਹੋਣਾ ਸੀ। ਕੇਸਰੀ ਕਦੋਂ ਦੇ ਕਲਰ ਕਿੰਨੇ ਸੋਹਣੇ ਹੋਣੇ ਚਾਹੀਦੇ ਆ, ਇੱਕ ਰੰਗ ਦੀ ਸਲਵਾਰ ਹੋਏ, ਇੱਕ ਰੰਗ ਦਾ ਕਮੀਜ਼ ਹੋਏ, ਅੰਕਲ ਜੀ ਨੂੰ ਸੀਨ ਦਿੱਤਾ ਕਿ ਤੁਸੀਂ ਨਾ ਆਖਣਾ ਵਾ ਕਿ ਆ ਸਪਰੇ ਕਰਨੀ ਪੈਣੀ ਆ, ਮੂੰਗਰਿਆਂ ਨੇ ਸੁੰਡੀ ਬੜੀ ਪੈ ਗਈ ਆ, ਮਤਲਬ ਗੋਡੀ ਕਰਨ ਡਏ ਆ, ਤੇ ਉੱਠ ਕੇ ਵੇਖਣਾ ਵਾ ਵੀ ਮੂੰਗਰਿਆਂ ਨੇ ਸੁੰਡੀ ਬੜੀ ਪੈ ਗਈ, ਸਪਰੇ ਕਰਨੀ ਪੈਣੀ ਆ। ਅੰਕਲ ਜੀ ਨੂੰ ਸੀਨ ਦਿੱਤਾ ਬੈਠੇ ਗੋਡੀ ਕਰਨ ਡੇ, ਜਦੋਂ ਕਵਲ ਨੇ 1-2-3 ਕੀਤਾ ਕਹਿੰਦੇ ਓਹੋ ਆਹ ਤੇ ਸੋਨੂੰ ਦੇ ਮੂੰਗਰੇ ਸੁੰਡੀ ਬੜੀ ਪੈ ਗਈ ਸਪਰੇ ਕਰਨੀ, ਦਿਮਾਗ ਸੋਨੂੰ ਦੇ ਮੂੰਗਰੇ ਆਏ, ਬੜਾ ਹਾਸਾ ਪਿਆ ਲੱਗੇ। ਆਪਣੇ ਪਿਓ ਦੇ ਪੱਗ ਨੂੰ ਰੰਗ ਲਾ ਕੇ ਤੇ ਬੁੱਲਾਂ ਦੇ ਲਾ ਕੇ ਯਾਰ ਕਿੰਨੀ ਸੋਹਣਾ ਵੀ ਨਹੀਂ ਚਪੇੜ ਦਾ ਹਾਏ ਹਾਏ ਸੀ ਬੜੀ ਜੋਤੀ ਵੱਜੀ ਹੌਲੀ ਉਹ ਕਰਕੇ ਸਲੋਮੋ ਚ ਸੀਨ ਪਾਇਆ, ਪ੍ਰੀਤੀ ਮੇਰੀ ਚਪੇੜ ਦਾ ਵੀ ਨਹੀਂ, ਚਪੇੜ ਤੱਕ ਦਾ ਆ ਗਿਆ ਉਹ ਚੱਲਦੀਆਂ ਇੰਨੀਆਂ ਬੜੀਆਂ ਵੱਜੀਆਂ ਅੱਜ ਤੱਕ ਰਿਐਲਿਟੀ ਸੀਨ ਹੁੰਦਾ ਨਹੀਂ ਜੇ ਨਹੀਂ ਪੂਆ ਠੀਕ ਆ ਭੈਣਾ।
ਨਹੀਂ ਭੂਆ ਜੀ ਤੁਸੀਂ ਬੜੇ ਢਿੱਲੇ ਜੇ ਭੂਆ ਜੀ ਢਿੱਲੇ ਆ ਵਿੱਚ ਵੀਡੀਓ ਦੇ ਭੂਆ ਜੀ ਤੁਸੀਂ ਢਿੱਲੇ ਆ ਵਿੱਚ ਤੁਸੀਂ ਵੀ ਥੋੜਾ ਜਿਹਾ ਹਾਂਜੀ ਤੁਸੀਂ ਵੀ ਥੋੜਾ ਜਿਹਾ ਇਹ ਰੱਖਣਾ ਵਾ ਵੀ ਇਹ ਨੀ ਕਿ ਗਲਤੀ ਸਿਰਫ ਸਾਡੀ ਆ ਕੁੜੀ ਦੀ ਵੀ ਓਨੀ ਗਲਤੀ ਆ ਕੱਲੇ ਮੁੰਡੇ ਦੀ ਨੀ ਗਲਤੀ ਕੁੜੀ ਦੀ ਵੀ ਹਾਂ ਆਹੋ ਦੋ ਨੰਬਰੀ ਗੱਲਾਂ ਛੁੱਟੀ ਸੁਣ ਜਾਂਦੀਆਂ ਬੰਦੇ ਨੂੰ ਜਿਹੜੀ ਵੀ ਗੱਲ ਕਰਨੀ ਆ ਨਾ ਮੂੰਹ ਨਾ ਕਰੋ ਹੱਥ ਚੁੱਕਣ ਦਾ ਕੀ ਮਤਲਬ ਹੋਇਆ ਇੱਥੇ ਚੁੱਪ ਕਰ ਜਾ ਮੈਂ ਪ੍ਰੀਤ ਨਾਲ ਗੱਲ ਕਰਦੀ ਤੇਰੇ ਨਾਲ ਨੀ ਜਦੋਂ ਤੇਰੇ ਨਾਲ ਰਹੂੰਗੀ ਨਾ ਫਿਰ ਬੋਲੀ ਕੱਲ ਮੂਹੇ ਆਪਣੇ ਪਿਓ ਦੇ ਰੰਗ ਡਾਰ ਤੈਨੂੰ ਸ਼ਰਮ ਨਾ ਆਈ ਭੈਣ ਤੇਰੀ ਭੈਣ ਤੁਹਾਡੀ ਭੈਣ ਨੂੰ ਕਹਿੰਦਾ ਬੜਾ ਗਾਹ ਹੋ ਕੇ ਆਕੜਿਆ ਬੇਇੱਜ਼ਤੀ ਹੋਈ ਤੁਹਾਡੀ ਤੇ ਸਮਝ ਆਉਣ ਡੇ ਆ ਹਲੇ ਤੇ ਹੋਰ ਵੀ ਬਹੁਤ ਗੱਲਾਂ ਜਿੱਦਾਂ ਇੱਦਾਂ ਦੀਆਂ ਮਤਲਬ ਹੋ ਸਕਦੀਆਂ ਵਿੱਚ ਹੋਰ ਵੀ ਕਈ ਭਾਬੀ ਨੇ ਵੀ ਕੀਤੀਆਂ ਬਹੁਤ ਵਧੀਆ ਕੀਤੀਆਂ ਸਾਰੀਆਂ ਜਿੱਦਾਂ ਜੋ ਵੀ ਆ ਤੇ ਮੈਂ ਵੀ ਚਾਹੁੰਦੀ ਸੀ ਕਿ ਇੱਦਾਂ ਦਾ ਕੁਛ ਹੁੰਦਾ ਵਿੱਚ ਕਿ ਇੱਕ ਜਿੱਦਾਂ ਸਾਡੇ ਨਾਲ ਜੁੜੇ ਆ ਭੈਣ ਭਰਾ ਸੰਸੀਅਰ ਜੁੜੇ ਆ ਚਲੋ ਸਾਡੇ ਨਾਲ ਬੱਚੇ ਵੀ ਜੁੜੇ ਆ ਕੁਆਰੀਆਂ ਕੁੜੀਆਂ ਵੇਖਦੀਆਂ ਵਿਆਹੀਆਂ ਵੇਖਦੀਆਂ ਚਲੋ ਉਹਨਾਂ ਨੂੰ ਵੀ ਕੁਝ ਸਿੱਖਿਆ ਰੈਡੀ 1 2 3
ਭੈਣ ਜੀ ਉਹਦਾ ਕੀ ਕਸੂਰ ਆ? ਕਸੂਰ ਤੇ ਸਾਰਾ ਇਹਦਾ ਆ। ਅਮਲੀਆਂ ਵਾਲੀ ਐਕਟਿੰਗ ਕਰੋ ਨਾ ਥੋੜੀ ਜੀ। ਵਨ ਟੂ ਥ੍ਰੀ। ਮੈਂ ਤਾਂ ਕੀ ਬੋਲੀ ਜਾਂਦੀ ਆ ਚੰਗਾ ਹੀ ਸਗੋਂ ਅੜ ਗਿਆ ਸੀ। ਤੁਸੀਂ ਇੱਥੇ ਕਹਿ ਦਿੰਦੇ ਚੰਗੇ ਹੁੰਦੇ, ਕਹਿੰਦੇ ਪ੍ਰੀਤ ਇੱਧਰ ਮੇਰੇ ਲਾਗੇ ਖਲੋਆ ਆ ਕੇ ਭਾਬੀ ਬਾਹ ਫੜ ਲੈਂਦੀ, ਚੱਲਦੀ ਮੇਰੇ ਨਾਲ। ਫਿਰ ਤੁਸੀਂ ਇੱਧਰੋਂ ਤੁਸੀਂ ਬਾਹ ਫੜ ਲਓ, ਮੇਰੀ ਗੱਲ ਸੁਣ ਲਾ, ਮੈਨੂੰ ਹੁਣ ਧੋਖਾ ਨਾ ਦੇ ਜੀ। ਇੱਕ ਮਿੰਟ, ਜਾਂ ਮਾਂ ਚੁਣ ਲਾ ਜਾਂ ਮੈਨੂੰ ਚੁਣ ਲਾ। ਫਿਰ ਪ੍ਰੀਤੀ ਵਿੱਕੀ ਦੇ ਲਾਗੇ ਖੜੀ ਹੋ ਜੂਗੀ, ਸਾਬਾਂ ਭਾਬੀ ਕੋ ਛੱਡਾ ਕੇ।